ਪੰਜਾਬ ਐਟ ਨਾਈਟ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਨਾਲ ਇੰਦਰਜੀਤ ਕੌਰ ਤੇ ਅਗਲੇ ਘੰਟੇ ਦੇ ਦੌਰਾਨ ਪੰਜਾਬ ਦੀ ਹਰ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਪੰਜਾਬ ਦੀ ਸਿਆਸਤ ਦੀ ਗੱਲ ਵੀ ਹੋਏਗੀ, ਮੌਸਮ ਦਾ ਹਾਲ ਵੀ ਹੋਏਗਾ ਤੇ ਚੰਗੀ ਖਬਰ ਵੀ ਹੋਏਗੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿਆਸਤ ਦੀ। ਪੰਜਾਬ ਕਾਂਗਰਸ ਆਪਣੇ ਮੈਨੀਫੈਸਟੋ ਦੇ ਵਿੱਚ ਵਾਤਾਵਰਣ ਦੇ ਮੁੱਦੇ ਨੂੰ ਤਰਜੀਹ ਦੇਣ ਜਾ ਰਹੀ ਹੈ। ਇਸ ਦੇ ਲਈ ਕਾਂਗਰਸ ਆਪਣੇ ਮੈਨੀਫੈਸਟੋ ਦੇ ਵਿੱਚ ਗ੍ਰੀਨ ਏਜੰਡੇ ਨੂੰ ਸ਼ਾਮਲ ਕਰੇਗੀ। ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜ਼ਿਲ੍ਹਾ ਪੱਧਰ ਤੇ ਲੋਕਾਂ ਦੀ ਰਾਏ ਲੈਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਇਸ ਮਹੀਨੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਤਿਆਰੀ 'ਚ ਹੈ। ਇਸ ਵਾਰ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਖਾਸ ਗੱਲ ਇਹ ਹੋਵੇਗੀ ਕਿ ਕਾਂਗਰਸ ਆਪਣੀ ਮੈਨੀਫੈਸਟੋ ਵਿੱਚ ਚੁਗਿਰਦੇ ਦੀ ਸਾਫ਼ ਸਫਾਈ ਅਤੇ ਦਰਿਆਵਾਂ ਦੀ ਸਾਫ਼ ਸਫਾਈ ਨੂੰ ਤਰਜੀਹ ਦੇ ਰਹੀ ਹੈ। ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਇਸ ਗ੍ਰੀਨ ਮੈਨੀਫੈਸਟੋ ਨਾਲ ਪੰਜਾਬ ਦੀ ਹਵਾ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਇਸ ਨੂੰ ਸ਼ਾਮਿਲ ਕੀਤਾ ਜਾਵੇਗਾ। ਨਾਲ ਹੀ ਗ੍ਰੀਨ ਮਨੋਰਥ ਪੱਤਰ ਵਿੱਚ ਵਾਤਾਵਰਣ ਕਮਿਸ਼ਨਰ ਦੇ ਗਠਨ ਦੀ ਗੱਲ ਵੀ ਕੀਤੀ ਗਈ ਹੈ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਕੁਛ ਹੀ ਹਫ਼ਤਿਆਂ ਦੇ ਵਿੱਚ ਨਸ਼ਰ ਹੋਣ ਜਾ ਰਿਹਾ ਔਰ ਪਹਿਲੀ ਮਰਤਬਾ ਕਿਸੇ ਸਿਆਸੀ ਜਮਾਤ ਦਾ ਇਹ ਜਿਹੜਾ ਮੈਨੀਫੈਸਟੋ ਹੈ ਇਹ ਇੱਕ ਗ੍ਰੀਨ ਮੈਨੀਫੈਸਟੋ ਇਹਦੇ ਵਿੱਚ ਅਸੀਂ ਇੱਕ ਇੱਕ ਚੈਪਟਰ ਇਹਦੇ ਵਿੱਚ ਦਰਜ ਕਰਨ ਜਾ ਰਹੇ ਹਾਂ। ਗ੍ਰੀਨ ਮੈਨੀਫੈਸਟੋ ਦਾ ਮਤਲਬ ਹੈ ਕਿ ਪੰਜਾਬ ਦੇ ਜੋ ਆਬੋ ਹਵਾ ਹੈ, ਪੰਜਾਬ ਦਾ ਇਨਵਾਇਰਮੈਂਟ ਹੈ ਔਰ ਇਸ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਕਿਵੇਂ ਰੱਖਿਆ ਜਾਵੇ ਔਰ ਉਹਦੇ ਲਿਹਾਜ਼ ਨਾਲ ਔਰ ਇਹ ਅੱਜ ਤੋਂ ਪਹਿਲਾਂ ਕਿਤੇ ਕਿਸੇ ਪਾਰਟੀ ਨੇ ਇਸ ਦੀ ਗੱਲ ਨਹੀਂ ਕੀਤੀ ਔਰ ਇਕੱਲੇ ਪੰਜਾਬ 'ਚ ਨਹੀਂ ਤਮਾਮ ਹਿੰਦੁਸਤਾਨ 'ਚ ਨਹੀਂ ਗੱਲ ਕੀਤੀ ਔਰ ਸਭ ਤੋਂ ਪਹਿਲਾਂ ਤਾਂ ਇਹਦੇ 'ਚ ਇਹ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਇਨਵਾਇਰਮੈਂਟ ਕਮਿਸ਼ਨ ਜਿਹੜਾ ਇਹ ਮੁਕਰਰ ਕੀਤਾ ਜਾਏਗਾ। ਉਧਰ ਅਕਾਲੀ ਦਲ ਕਾਂਗਰਸ ਦੇ ਗ੍ਰੀਨ ਮੈਨੀਫੈਸਟੋ ਦੇ ਸਵਾਲ ਚੁੱਕ ਰਹੀ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਕਿਸੇ ਵੀ ਮੈਨੀਫੈਸਟੋ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ। ਕਾਂਗਰਸ ਦੇ ਗ੍ਰੀਨ ਮੈਨੀਫੈਸਟੋ ਦੀ ਗੱਲ ਹੈ, ਇਹਨਾਂ ਦੇ ਕਿਸੇ ਵੀ ਮੈਨੀਫੈਸਟੋ ਦੇ ਉੱਤੇ ਵਿਸ਼ਵਾਸ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਅੱਜ ਕਾਂਗਰਸ ਕਹਿੰਦੀ ਕਿ ਅਸੀਂ ਵਾਤਾਵਰਨ ਬਚਾਉਣ ਵਾਸਤੇ ਗ੍ਰੀਨ ਮੈਨੀਫੈਸਟੋ ਲੈ ਕੇ ਆ ਰਹੇ ਹਾਂ, ਇਹ ਅੱਜ ਕਾਂਗਰਸ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਯਤਨ ਕਰ ਰਹੀ ਹੈ, ਝੂਠ ਬੋਲ ਰਹੀ ਹੈ, ਪਰ ਝੂਠ ਕਦੀ ਫਲਦਾ ਨਹੀਂ, ਝੂਠ ਹਮੇਸ਼ਾ ਹਾਰਦਾ ਆ। ਤੋ ਹਾਰ ਜਿਹੜੀ 2017 ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਇਹੋ ਜਿਹੇ ਝੂਠੇ ਮੈਨੀਫੈਸਟੋ ਚੱਕੀ ਫਿਰਨ, ਜਿੰਨਾ ਮਰਜ਼ੀ ਪ੍ਰਚਾਰ ਕਰਨ, ਹੁਣ ਗੱਲਾਂ ਨਹੀਂ ਬਣਦੀਆਂ। ਸਾਫ਼ ਹਵਾ ਅਤੇ ਪਾਣੀ ਦੋਵੇਂ ਹੀ ਮਨੁੱਖ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਨੇ। ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਵਾਤਾਵਰਣ ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ। ਹਾਲਾਂਕਿ ਅਕਾਲੀ ਦਲ ਇਸ 'ਤੇ ਸਵਾਲ ਖੜ੍ਹੇ ਕਰ ਰਿਹਾ, ਪਰ ਚੁਗਿਰਦਾ ਅਜਿਹਾ ਮੁੱਦਾ ਹੈ ਜਿਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਧਿਆਨ ਇਸ ਚੀਜ਼ ਦਾ ਵੀ ਰੱਖਣਾ ਚਾਹੀਦਾ ਹੈ ਕਿ ਵਾਤਾਵਰਣ ਦਾ ਮੁੱਦਾ ਸਿਰਫ ਸਿਆਸੀ ਮੁੱਦਾ ਨਾ ਬਣ ਕੇ ਰਹਿ ਜਾ। ਅੰਮ੍ਰਿਤਸਰ ਤੋਂ ਰਾਜਨ ਗੁਸਾਈ ਨਾਲ ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਤਾਂ ਕਾਂਗਰਸ ਇਸ ਵਾਰ ਜਦੋਂ ਚੋਣ ਮੈਨੀਫੈਸਟੋ ਲੈ ਕੇ ਆਏਗੀ ਤਾਂ ਉਸਦੇ ਵਿੱਚ ਗ੍ਰੀਨ ਮੈਨੀਫੈਸਟੋ ਇੱਕ ਨਵਾਂ ਚੈਪਟਰ ਜੋੜ ਦਿੱਤਾ ਜਾਏਗਾ। ਪਰ ਕੀ ਇਹ ਗ੍ਰੀਨ ਮੈਨੀਫੈਸਟੋ ਜੋ ਹੈ ਵਾਕਈ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਮਦਦ ਕਰੇਗਾ, ਕੀ ਰੋਡ ਮੈਪ ਹੋਏਗਾ, ਇਸ ਦੇ ਲਈ ਕੀ ਸਟਰੈਟੇਜੀ ਹੈ, ਇਹ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਮੈਨੀਫੈਸਟੋ ਜਾਰੀ ਹੋਣ ਤੋਂ ਬਾਅਦ ਮਿਲ ਜਾਣ। ਅਤੇ ਹੁਣ ਅੱਗੇ ਵਧਦਿਆਂ ਗੱਲ ਕਰਦੇ ਹਾਂ ਪੰਜਾਬ ਦਿਵਸ ਦੀ। 1 ਨਵੰਬਰ ਨੂੰ ਪੰਜਾਬਾ ਪੰਜਾਬ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਨੂੰ ਖਾਸ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਤੇ ਬੀਜੇਪੀ ਮੁਖੀ ਅਮਿਤ ਸ਼ਾਹ ਵੀ ਸ਼ਿਰਕਤ ਕਰਨਗੇ। ਅਕਾਲੀ ਬੀਜੇਪੀ ਗੁਰੂ ਨਗਰੀ ਅੰਮ੍ਰਿਤਸਰ 'ਚ ਪੰਜਾਬੀ ਸੂਬੇ ਦੇ ਗਠਨ ਦੀ 50ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ। ਸਮਾਰੋਹ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਨੇ। ਇਸ ਮੌਕੇ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਬੀਜੇਪੀ ਦੇ ਕੌਮੀ ਮੁਖੀ ਅਮਿਤ ਸ਼ਾਹ ਮੌਜੂਦ ਰਹਿਣਗੇ। ਪ੍ਰੋਗਰਾਮ ਦੌਰਾਨ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਗਠਨ ਦੀ ਖਾਤਰ ਸੰਘਰਸ਼ ਕੀਤਾ ਸੀ। ਸੂਬਾ ਬੜੀਆਂ ਕੁਰਬਾਨੀਆਂ ਤੋਂ ਬਾਅਦ, ਬੜੇ ਸੰਘਰਸ਼ ਤੋਂ ਬਾਅਦ ਅੱਜ ਤੋਂ 50 ਸਾਲ ਪਹਿਲਾਂ ਹੋਣ 'ਚ ਆਇਆ ਸੀ। ਉਹਦਾ 50 ਸਾਲਾ ਦਿਹਾੜਾ ਜਿਹੜਾ 1 ਨਵੰਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਔਰ ਉਹਨਾਂ ਸੰਘਰਸ਼ੀ ਯੋਧਿਆਂ ਨੂੰ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਔਰ ਪੰਜਾਬ ਦੀ ਜਿਹੜੀ ਇਹ ਜਿਹੜੀ ਮੰਗ ਸੀਗੀ ਪੰਜਾਬੀ ਸੂਬੇ ਦੀ ਉਹ ਪੂਰੀ ਹੋਣ ਦੀ ਖੁਸ਼ੀ ਮਨਾਉਣ ਵਾਸਤੇ ਜਿਹੜਾ ਇਹ 1 ਨਵੰਬਰ ਨੂੰ ਬਹੁਤ ਵੱਡੀ ਰੈਲੀ ਜਿਹੜੀ ਕੀਤੀ ਜਾ ਰਹੀ ਹੈ। ਉੱਥੇ ਪੰਜਾਬ ਕਾਂਗਰਸ ਦਾ ਕਹਿਣਾ ਕਿ 50 ਸਾਲ ਪਹਿਲਾਂ ਪੰਜਾਬ ਦਾ ਬਟਵਾਰਾ ਹੋਇਆ ਸੀ, ਇਸ ਲਈ ਜਸ਼ਨ ਮਨਾਉਣਾ ਠੀਕ ਨਹੀਂ। ਉਹਨਾਂ ਨੇ ਇਸ ਦਾ ਠੇਕਾ ਵੀ ਅਕਾਲੀ ਦਲ ਦੇ ਸਿਰ ਸੁੱਟਿਆ। ਕਾਂਗਰਸ ਪਾਰਟੀ
ਖਾਲੀ ਗ੍ਰੀਨ ਮੈਮੋਰੰਡਮ ਨਹੀਂ, ਸਾਹਮਣੇ ਕਮਿਟਮੈਂਟ ਪੇਪਰ ਨਹੀਂ ਲੈ ਕੇ ਆ ਰਹੀ, ਇਹਦੇ ਨਾਲ ਦਲਿਤਾਂ ਵਾਸਤੇ, ਕਾਰਖਾਨੇਦਾਰਾਂ ਵਾਸਤੇ, ਮਜ਼ਦੂਰਾਂ ਵਾਸਤੇ, ਵਪਾਰੀਆਂ ਵਾਸਤੇ ਔਰ ਇਹ ਜਿਹੜੇ ਸਾਡੇ ਇੰਪਲਾਈ ਹੈਗੇ ਆ ਉਹਨਾਂ ਵਾਸਤੇ ਵੀ ਪੈਕੇਜ ਲੈ ਕੇ ਆ ਰਹੀ ਹੈ। ਪੰਜਾਬੀ ਸੂਬਾ ਵਰੇਗੰਡ ਉਤਸਵ ਦੇ ਬਹਾਨੇ ਅਕਾਲੀ ਦਲ ਅਤੇ ਬੀਜੇਪੀ ਦੇ ਕੋਲ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਗਰਾਉਣ ਦਾ ਮੌਕਾ ਰਹੇਗਾ। ਸੂਬੇ 'ਚ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਹੈ, ਉਸ ਲਿਹਾਜ਼ ਨਾਲ ਗਠਬੰਧਨ ਜਨਤਾ ਦਰਮਿਆਨ ਗੱਲ ਰੱਖਣ ਦਾ ਮੌਕਾ ਨਹੀਂ ਛੱਡਣਾ ਚਾਹੁੰਦੀ। ਅੰਮ੍ਰਿਤਸਰ ਤੋਂ ਰਾਜਨ ਹੁਸੈਨ, ਸੀਵੀ। ਤਾਂ ਸੂਬੇ ਦੇ 50 ਵਰੇ ਪੂਰੇ ਹੋ ਚੁੱਕੇ ਨੇ ਅਤੇ ਵਰੇਗੰਢ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਕਰਕੇ ਜੋ ਹੈ ਖਾਸ ਪ੍ਰੋਗਰਾਮ, ਸੂਬਾ ਪੱਧਰੀ ਪ੍ਰੋਗਰਾਮ ਜੋ ਹੈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ 'ਚ ਕਰਵਾਇਆ ਜਾਏਗਾ।